26 ਮਾਰਚ 1956 ਜਪਜੀ ਸਾਹਿਬ ਵਿੱਚ ਅਸੀਂ ਪੜ੍ਹਦੇ ਹਾਂ, ਫੇਰ ਕਿ ਅੱਗੇ ਰੱਖੀ ਹੈ ਜਿੱਤ ਦਿਸੈ ਦਰਬਾਰ, ਮੋਹਾਉ ਕੇ ਬੋਲਣ ਬੋਲੀ ਹੈ ਜਿੱਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਵਾਹਿਗੁਰੂ ਸਾਨੂੰ ਪਿਆਰ ਕਰੇ, ਸੂਫੀਆਂ ਵਾਂਗੂ ਨਹੀਂ ਜੋ ਰੱਬ ਦੇ ਆਸ਼ਕ ਬਣਦੇ ਹਨ ਅਤੇ ਫਿਰ ਕਦੇ ਉਸ ਨੂੰ ਸੰਗ ਦਿਲ ਅਤੇ ਕਦੇ ਜ਼ਾਲਮ ਆਖਦੇ ਹਨ। ਅਸਾਂ ਤਾਂ ਉਹ ਕਰਨਾ ਹੈ ਜੋ ਵਾਹਿਗੁਰੂ ਜੀ ਨੂੰ ਚੰਗਾ ਲੱਗੇ, ਜਿਸ ਤੋਂ ਖੁਸ਼ ਹੋਵੇ ਅਤੇ ਸਾਨੂੰ ਪਿਆਰ ਕਰੇ। ਜਿਵੇਂ ਇਸਤਰੀ ਪਤੀ ਨੂੰ ਖੁਸ਼ ਕਰਦੀ ਹੈ, ਜੇ ਪਤੀ ਨੂੰ ਕੀਰਤਨ ਦਾ ਸ਼ੌਂਕ ਹੈ ਤਾਂ ਕੀਰਤਨ ਕਰਨਾ ਸਿੱਖਦੀ ਹੈ, ਇਸ ਤਰ੍ਹਾਂ ਉਹ ਪਤੀ ਦੀ ਪਿਆਰੀ ਬਣਦੀ ਹੈ। ਗੁਰੂ ਜੀ ਦੱਸਦੇ ਹਨ ਕਿ ਵਾਹਿਗੁਰੂ ਨੂੰ ਖੁਸ਼ ਕਰਨ ਵਾਸਤੇ ਕਿ ਉਹ ਸਾਨੂੰ ਪਿਆਰ ਕਰੇ, ਅਸਾਂ ਅੰਮ੍ਰਿਤ ਵੇਲੇ ਉਸ ਦਾ ਨਾਮ ਜਪਣਾ ਹੈ ਅਤੇ ਉਸ ਦੀਆਂ ਵਡਿਆਈਆਂ ਦਾ ਵਿਚਾਰ ਕਰਨਾ ਹੈ। ਗੁਰੂ ਸਾਹਿਬਾਨ ਤੋਂ ਵੱਧ ਵਾਹਿਗੁਰੂ ਦੀ ਚੰਗੀ ਵਡਿਆਈ ਕੋਈ ਨਹੀਂ ਕਰ ਸਕਦਾ, ਉਹ ਉਹਨਾਂ ਨੇ ਗੁਰਬਾਣੀ ਰਾਹੀਂ ਕੀਤੀ ਹੈ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਜਾਂ ਬਾਣੀ ਦਾ ਕੀਰਤਨ ਕਰਦੇ ਹਾਂ ਤਾਂ ਅਸੀਂ ਵਾਹਿਗੁਰੂ ਦੀ ਵਡਿਆਈ ਕਰਦੇ ਹਾਂ। ਨਾਮ ਜਪਣ, ਬਾਣੀ ਦੇ ਕੀਰਤਨ ਜਾਂ ਪਾਠ ਕਰਨ ਅਤੇ ਚੰਗੇ ਕੰਮ ਕਰਨ ਨਾਲ ਵਾਹਿਗੁਰੂ ਜੀ ਪ੍ਰਸੰਨ ਹੁੰਦੇ ਹਨ ਅਤੇ ਸਾਨੂੰ ਪਿਆਰ ਕਰਦੇ ਹਨ। ਵਾਹਿਗੁਰੂ ਨਿਰਾਕਾਰ ਹੈ, ਅਰੂਪ ਹੈ, ਅਸੀਂ ਉਸ ਨੂੰ ਉਸਦੇ ਨਾਮ ਨਾਲ ਹੀ ਯਾਦ ਕਰ ਸਕਦੇ ਹਾਂ। ਵਾਹਿਗੁਰੂ ਦਾ ਨਾਮ ਜਪਣਾ ਉਸਦੀ ਹਜ਼ੂਰੀ ਵਿੱਚ ਹੋਣਾ ਹੈ। ਨਾਮ ਦਾਤ ਹੈ, ਜਿਨ੍ਹਾਂ ਨੂੰ ਮਿਲੀ ਹੈ ਲੱਗੇ ਰਹੋ। ਵਾਹਿਗੁਰੂ ਤੋਂ ਅਸਾਂ ਹਮੇਸ਼ਾ ਨਾਮ ਮੰਗਣਾ ਹੈ, ਭਾਵੇਂ ਅੱਗੇ ਨਾਮ ਜਪਦੇ ਹੀ ਹੋਈਏ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਨਾਮ ਪ੍ਰਾਪਤ ਸੀ, ਉਹ ਅਵਤਾਰਾਂ ਤੋਂ ਵੀ ਵੱਡੇ ਸਨ ਅਤੇ ਨਾਮ ਵਿੱਚ ਰਚੇ ਹੋਏ ਸਨ, ਫਿਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰ ਵਿੱਚ ਉਹ ਬੇਨਤੀ ਕਰਦੇ ਹਨ, ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਸਾਡੇ ਪੁਰਾਤਨ ਸਿਆਣੇ ਸਿੱਖਾਂ ਨੇ ਜੋ ਅਰਦਾਸ ਬਣਾਈ ਹੈ, ਅਸੀਂ ਰੋਜ਼ ਕਰਦੇ ਹਾਂ। ਅਰਦਾਸ ਦੇ ਅਖੀਰ ਵਿੱਚ ਆਉਂਦਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਵਿੱਚ ਤਿੰਨ ਗੱਲਾਂ ਹਨ। ਪਹਿਲਾ ਹੈ ਨਾਮ, ਇਸ ਨਾਲ ਸਾਡਾ ਵਾਹਿਗੁਰੂ ਨਾਲ ਸੰਬੰਧ ਜੁੜਦਾ ਹੈ, ਇਸ ਨਾਲ ਸਾਡੀ ਸੁਰਤ ਚੜ੍ਹਦੀ ਕਲਾ ਵਿੱਚ ਜਾਂਦੀ ਹੈ, ਇਹ ਸਾਡਾ ਆਪਣੇ ਆਪੇ ਨਿੱਜ ਨਾਲ ਸੰਬੰਧ ਹੈ ਅਤੇ ਇਹ ਦੂਸਰਾ ਸੰਬੰਧ ਹੈ। ਫਿਰ ਤੀਸਰਾ ਹੈ ਸਾਡਾ ਸੰਸਾਰ ਨਾਲ ਸੰਬੰਧ, ਸਭ ਦਾ ਭਲਾ। ਪਰ ਇਹ ਸਭ ਕੁਝ ਕਰਦੇ ਹੋਏ ਅਸਾਂ ਯਾਦ ਰੱਖਣਾ ਹੈ ਕਿ ਜੋ ਕੁਝ ਵਰਤ ਰਿਹਾ ਵਾਹਿਗੁਰੂ ਦੇ ਭਾਣੇ ਵਿੱਚ, ਉਸਦੇ ਹੁਕਮ ਵਿੱਚ ਵਰਤ ਰਿਹਾ ਅਤੇ ਉਸਦਾ ਕਰਮ ਹੈ। ਜੋ ਅਸਾਂ ਭਲਾਈ ਕੀਤੀ ਅਤੇ ਉਸਨੇ ਅੱਗੋਂ ਬੁਰਾਈ ਕੀਤੀ ਤਾਂ ਸਾਨੂੰ ਭਲਾਈ ਕਰਨ ਤੋਂ ਬੇਰੁਚੀ ਹੋ ਜਾਏਗੀ, ਇਹ ਸਾਡੀ ਮੋਰਲ ਡੈਥ, ਆਚਰਣਕ ਮੌਤ ਹੋਵੇਗੀ। ਵਾਹਿਗੁਰੂ ਦਾ ਭਾਣਾ ਮੰਨ ਕੇ ਭਲਾਈ ਕਰਾਂਗੇ ਤਾਂ ਮਨ ਨਿਮਰਤਾ ਵਿੱਚ ਰਹੇਗਾ। ਨਾਮ ਵੀ ਵਾਹਿਗੁਰੂ ਦੀ ਦਾਤ ਹੈ, ਇਹ ਸਮਝ ਕੇ ਜਪਾਂਗੇ ਤਾਂ ਨਿਰਮਾਣਤਾ ਵਿੱਚ ਰਹਾਂਗੇ। ਨਾਮ ਜਪ ਕੇ ਭਲਾਈ ਦੇ ਕੰਮ ਕਰਦੇ, ਵਾਹਿਗੁਰੂ ਦੀ ਵਡਿਆਈ ਕਰਦੇ, ਸਾਡੇ ਮਨ ਵਿੱਚ ਇਹ ਰਹੇ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ।
ਕਲਗੀਆਂ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਵੱਡਾ ਕਿਸਨੇ ਹੋਣਾ ਹੈ। ਉਹਨਾਂ ਨੇ ਵੀ ਨਿਰਮਾਣਤਾ ਇੰਜ ਦੱਸੀ ਹੈ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ। ਮੈਂ ਤਾਂ ਇਹ ਕਹਿੰਦਾ ਹਾਂ ਕਿ ਜਿਹੜੇ ਗੁਰੂ ਸਾਹਿਬ ਆਪਣੇ ਵਰਗੇ ਕਰੋੜਾਂ ਹੋਰ ਦੱਸਦੇ ਆ, ਕਾਸ਼ ਉਹਨਾਂ ਵਿੱਚੋਂ ਅੱਜ ਇੱਕ ਹੀ ਸਾਡੇ ਵਿੱਚ ਹੁੰਦਾ। ਇਹ ਨਿਮਰਤਾ ਕਮਾਲ ਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।